ਹੈਗਾ ਬਾਕਸ ਦੇਖ ਲਓ DJI Mavic Mini। ਸਾਰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਦ ਚੈਨਲ। ਹੋਰ ਨਾ ਸਾਰੇ ਵਧੀਆ ਤੇ ਦੁਪਹਿਰ ਦੇ 2 ਵਜ ਗਏ ਨੇ। ਆਪਾਂ ਹੁਣੀ Costco ਤੋਂ ਆਏ ਆ ਗਰੋਸਰੀ ਲੈ ਕੇ, ਤੇ ਆਪਾਂ Amazon ਤੋਂ ਇੱਕ ਚੀਜ਼ ਮੰਗਾਈ ਸੀ, ਉਹ ਚੀਜ਼ ਆ ਗਈ ਏ। ਆਪਾਂ ਪਰਸੋਂ ਮੰਗਾਈ ਸੀ, ਅਜੇ ਪਹੁੰਚ ਕੇ ਘਰ ਆਏ ਆ। ਤੇ ਗੈਸ ਕਰੋ ਫਿਰ ਕੀ ਹੋਏਗਾ, ਉਹ ਦੇਖਣਾ ਸਾਡਾ ਗੈਸ ਠੀਕ ਸੀ ਕਿ ਨਹੀਂ। ਆਪਾਂ ਮੰਗਾਇਆ ਜੀ Mavic Mini ਦਾ ਡਰੋਨ, ਆ ਰਿਹਾ ਜੀ ਦੇਖ ਲਓ। ਆਪਾਂ ਮੰਗਾਇਆ ਵੇ DJI Mavic Mini ਦਾ ਡਰੋਨ ਹੈਗਾ ਵੇ। ਤੇ ਚਲੋ ਫਿਰ ਇਹਦੀ ਆਪਾਂ ਅਨਬੋਕਸਿੰਗ ਕਰਨੇ ਆ। ਡਰੋਨ ਬਹੁਤ ਵਧੀਆ ਵੇ ਆ, ਅਤੇ ਨਾਲੇ ਫਿਰ ਮੈਂ Costco ਤੋਂ ਮੈਮਰੀ ਕਾਰਡ ਵੀ ਲਿਆਂਦਾ ਸੀ ਇਹਦੇ ਵਿੱਚ, ਜਿਹੜਾ ਪੈਂਦਾ ਰਿਕੋਰਡਿੰਗ ਕਰਨ ਵਾਸਤੇ। ਚਲੋ ਫਿਰ ਅਨਬੋਕਸਿੰਗ ਸ਼ੁਰੂ ਕਰਨੇ ਆ। ਚਲੋ ਜੀ ਆ ਹੈਗਾ ਬਾਕਸ ਦੇਖ ਲਓ DJI Mavic Mini। ਚਲੋ ਫਿਰ ਇਹਨੂੰ ਖੋਲੀਏ। ਲੋ ਜੀ ਕਿਆ ਬਾਤ, ਕਿਆ ਬਾਤ, ਆਹ ਬਾਕਸ ਹੈ ਅਤੇ ਇਹਦੇ ਵਿੱਚ ਹੈਗਾ ਆਪਣਾ ਡਰੋਨ। ਅਤੇ ਉਹ ਕਿੰਨਾ ਵਧੀਆ ਬਾਕਸ ਹੈ, ਤਾਂ ਪੂਰਾ ਇਹਦੇ ਵਿੱਚ ਮਤਲਬ ਪੈਕ ਕੀਤਾ ਪਿਆ ਵੇ। ਅਤੇ ਨਾਲ ਇੱਕ ਆਹ 2 ਬਾਕਸ ਹੋਰ ਨੇ, ਮੈਨੂੰ ਲੱਗਦਾ ਇਹ ਚਾਰਜਰ ਹੋਏਗਾ, ਅਤੇ ਇਹਦੇ ਵਿੱਚ ਹੋਣਗੀਆਂ ਬੈਟਰੀਜ਼। ਠੀਕ ਹੈ ਜੀ, ਆਹ ਸਾਰਾ ਸਮਾਨ ਆਉਂਦਾ ਵੇ। ਅਤੇ ਇਹਨੂੰ ਆਪਾਂ ਖੋਲ੍ਹ ਲੈਂਦੇ ਹਾਂ। ਇਹਦੇ ਵਿੱਚ ਆਹ ਹੈਗੇ ਨੇ ਜੀ, ਇਹ ਨਾਲ ਜੇ ਤੁਸੀਂ ਲਾ ਦੋਗੇ ਨਾ ਡਰੋਨ ਦੇ, ਤਾਂ ਪ੍ਰੋਟੈਕਸ਼ਨ ਜੀ ਹੋ ਜਾਂਦੀ ਹੈ। ਤੁਹਾਨੂੰ ਮੈਂ ਖੋਲ੍ਹ ਕੇ ਦਿਖਾ ਦਿੰਦਾ। ਇੱਦਾਂ ਦੇ ਹੁੰਦੇ ਨੇ, ਅਤੇ ਫਿਰ ਜੇ ਤੁਹਾਡਾ ਕਿਤੇ ਠੁੱਕ ਠੁੱਕ ਜਾਵੇ ਹੈ ਨਾ ਡਰੋਨ, ਅਤੇ ਫਿਰ ਇਹ ਪ੍ਰੋਟੈਕਸ਼ਨ ਹੋ ਜਾਂਦੀ। ਅਤੇ ਆਹ ਹੈਗਾ ਜੀ ਉਹਦਾ ਅਡੋਪਟਰ ਚਾਰਜਰ ਦਾ, ਅਤੇ ਇਹਦੇ ਵਿੱਚ ਹੈਗੀਆਂ ਜੀ 3 ਬੈਟਰੀਜ਼ ਮਿਲਦੀਆਂ ਤੁਹਾਨੂੰ ਨਾਲ। ਆਪਾਂ ਬੰਡਲ ਮੰਗਾਇਆ ਸੀ ਅਤੇ ਨਾਲੇ 3 ਬੈਟਰੀਜ਼ ਮਿਲਦੀਆਂ ਨੇ। ਦੇਖੋ ਐਡੀਆਂ ਬੈਟਰੀਜ਼ ਹੁੰਦੀਆਂ ਨੇ। 30 ਮਿੰਟ ਦੀ ਫਲਾਈਟ ਹੈ, ਤੁਸੀਂ ਇੱਕ ਬੈਟਰੀ ਨਾਲ ਮਤਲਬ ਕਿ 30 ਮਿੰਟ ਚਲਾ ਸਕਦੇ ਹੋ ਡਰੋਨ। ਅਤੇ ਹੁਣ ਆਪਾਂ ਇਹਨੂੰ ਡਰੋਨ ਨੂੰ ਓਪਨ ਕਰ ਲੈਂਦੇ ਹਾਂ। ਲਓ ਜੀ ਡਰੋਨ ਦੇਖ ਲਓ, ਆਹ ਹੈਗਾ ਵੀ ਆਪਣਾ ਰਿਮੋਟ ਇਹਦਾ। ਆਹ ਦੇਖੋ ਜੀ ਕਿੰਨਾ ਸੋਹਣਾ ਰਿਮੋਟ, ਆਹ ਦੇਖੋ। ਅਤੇ ਨਾਲ ਆਹ ਹੈਗਾ ਵੀ ਜੀ ਬੈਟਰੀ ਚਾਰਜ ਕਰਨ ਵਾਲਾ, ਇਹ ਤੁਹਾਨੂੰ ਮੈਂ ਬੈਟਰੀ ਚਾਹੀਆਂ ਸੀ ਉਹਦਾ ਇਹ ਚਾਰਜਰ ਏ। ਆਹ ਦੇਖੋ ਆਹ 3 ਬੋਕਸ ਬਣੇ, ਇਹਦੇ ਵਿੱਚ ਪਾ ਕੇ ਅਤੇ ਬੈਟਰੀ ਹੁੰਦੀ ਚਾਰਜ, ਅਤੇ ਇਹਦੀਆਂ ਤਾਰ ਨੇ ਜਿਹੜੇ ਨਾਲ ਲੱਗਦੀਆਂ ਨੇ। ਅਤੇ ਆਹ ਇਹਦੇ ਮਤਲਬ ਐਕਸਟਰਾ ਹੈਗੇ ਨੇ, ਅਵਰ ਜੇ ਟੁੱਟ ਜਾਣ ਫਿਰ ਤੁਸੀਂ ਆਹ ਲਾ ਸਕਦੇ ਹੋ। ਅਤੇ ਆਹ ਦੇਖੋ ਆਪਣਾ ਡਰੋਨ, ਠੀਕ ਹੈ ਜੀ। ਫਿਰ ਆਪਾਂ ਇੱਦਾਂ ਹੋਲ ਕੇ ਇਹਨੂੰ ਕਰਨਾ ਇੱਦਾਂ। ਲਓ ਜੀ ਆਹ ਦੇਖੋ ਅੱਗੇ ਕੈਮਰਾ ਕਿੰਨਾ ਵਧੀਆ, ਹੁਣ ਮੈਂ ਖੋਲ੍ਹ ਕੇ ਦਿਖਾਉਂਦਾ ਤੁਹਾਨੂੰ। ਆਹ ਦੇਖੋ ਜੀ 2.7K। ਅਤੇ ਹੁਣ ਇਹਨੂੰ ਕਰੀਏ ਚਾਰਜ, ਅਤੇ ਤੁਹਾਨੂੰ ਵਧੀਆ ਵਧੀਆ ਸ਼ੋਰਟਸ ਲੈ ਕੇ ਦਿਖਾਉਂਦੇ ਹਾਂ। ਅਤੇ ਆਪਾਂ ਇਹਦੇ ਵਾਸਤੇ ਉਹ ਵੀ ਲਿਆਂਦਾ ਮੈਮਰੀ ਕਾਰਡ ਵੀ। ਚਲੋ ਜੀ ਬਹੁਤ ਵਧੀਆ। ਅਤੇ ਆਹ ਦੇਖੋ ਜੀ ਬੈਟਰੀ ਹੁਣ ਲਾਪੀ ਚਾਰਜ, ਇੱਕ ਬੈਟਰੀ ਆਪਾਂ ਪਾਈਏ ਕਿਉਂਕਿ ਬੈਟਰੀ ਪੂਰੀ ਮਤਲਬ ਲੋਅ ਆਉਂਦੀ, ਤੁਹਾਨੂੰ ਚਾਰਜ ਕਰਨੀ ਪੈਂਦੀ ਹੈ, ਤਾਂ ਇਹਨੂੰ ਵਾਹਵਾ ਮਤਲਬ ਟਾਈਮ ਲੱਗ ਹੀ ਜਾਂਦਾ ਚਾਰਜ ਹੋਣ 'ਤੇ। ਚਲੋ ਅੰਦਰ ਆਪਾਂ ਮੈਮਰੀ ਕਾਰਡ ਵਿੱਚ ਡਰੋਨ ਦੇ ਵਿੱਚ ਪਾ ਦਿੰਦੇ ਹਾਂ। ਆਹ ਹੈਗਾ ਆਪਣਾ ਮੈਮਰੀ ਕਾਰਡ ਦੇਖ ਲਓ। ਅਤੇ ਲਓ ਜੀ ਆਪਾਂ ਸ਼ਾਮ ਨੂੰ 6 ਮਿੰਟਾਂ ਸ਼ੋਰਟ ਦਿੱਤਾ ਸੀ ਦੇਖ ਲਓ, ਕਿਉਂਕਿ ਬੈਟਰੀ ਚਾਰਜ ਕਰਨ 'ਤੇ ਬਹੁਤ ਦੇਰ ਲੱਗਦੀ ਹੈ ਇਹਦੀ ਡਰੋਨ ਦੀ। ਅਤੇ ਫਿਰ ਸ਼ਾਮ ਨੂੰ ਵੀ ਮੈਂ ਕੁਛ ਇੱਥੇ ਸ਼ੋਰਟ ਲੈ ਲਈ ਸੀ, ਅਤੇ ਫਿਰ ਮੈਂ ਅਗਲੀ ਸਵੇਰ ਜੋ ਹੋਈ ਸੀ ਨਾ ਸਵੇਰੇ ਸਵੇਰੇ ਵੀ ਮੈਂ ਸ਼ੋਰਟ ਲਿੱਤੇ ਸੀ, ਅਤੇ ਕੁਆਲਿਟੀ ਦੱਸਿਆ ਦੋਨਾਂ ਵਿੱਚ ਬਹੁਤ ਫਰਕ ਹੈ। ਮਤਲਬ ਜੋ ਦਿਨ ਹੁੰਦਾ ਨਾ ਉਦੋਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਕੁਆਲਿਟੀ ਆਉਂਦੀ ਹੈ। ਤੁਸੀਂ ਵੀ ਦੱਸਿਓ ਤੁਹਾਨੂੰ ਸ਼ਾਮ ਵਾਲੀ ਜਾ ਵਧੀਆ ਲੱਗੀ ਕਿ ਸਵੇਰ ਵਾਲੇ ਸ਼ੋਰਟ ਜਾ ਵਧੀਆ ਲੱਗੇ। ਚਲੋ ਜੀ ਪਹਿਲੇ ਟਾਈਮ ਸੀ ਸਾਨੂੰ ਚਲਾਉਣਾ, ਥੋੜ੍ਹੀ ਮਤਲਬ ਇੰਨੀ ਜ਼ਿਆਦਾ ਔਖਾ ਵੀ ਨਹੀਂ ਹੈਗਾ, ਪਰ ਥੋੜ੍ਹਾ ਮਤਲਬ ਸ਼ੋਰਟ ਕੈਮਰੇ ਕੂਮਰਾ ਘੁਮਾਉਣਾ ਥੋੜ੍ਹੀ ਆਉਂਦਾ ਵੇ, ਕਿਉਂਕਿ ਪਤਾ ਨਹੀਂ ਹੁੰਦਾ ਕਰਨਾ ਥੱਲੇ ਹੁੰਦਾ ਆ, ਅਤੇ ਕਦੀ ਮੈਂ ਉੱਪਰ ਕਰ ਦਿੰਦਾ ਸੀ ਅਤੇ ਕਦੀ ਥੱਲੇ ਕਰ ਦਿੰਦਾ ਸੀ, ਅਤੇ ਉਵੇਂ ਸੌਖਾ ਹੀ ਹੈ। ਆਹ ਦੇਖੋ ਹੁਣ ਮੈਂ ਥੱਲੇ ਜਾਣਾ ਸੀ ਅਤੇ ਮੈਂ ਉੱਪਰ ਕਰਤਾ, ਜਾਣਾ ਮੈਂ ਥੱਲੇ ਨੂੰ ਲੈ ਕੇ ਜਾਣਾ ਸੀ ਇਹਨੂੰ।
चलो फिर इंजॉय करो शॉर्ट्स इधर। फिर इन आप छे ये सैकल से सी कहता भी मैंने फॉलो कर मेरे शॉर्ट्स लड़ा तो मैं फिर चलते रहे लड़ने आप शॉर्ट्स। चलो जी बहुत वधिया वधिया आए हैं सोहने। ते आ जो शॉर्ट आप लिते सी सवेरे देखो जी डे टू दे आ गए सवेर के 11 बज गए ने बाहर वधिया मौसम हो गया वे धुप चढ़ गई तो मैं हूँ खा लगा रोटी रोटी खा फिर तुम मिलने तो ड्रोन शॉट दस्यो किवें तुम लगे पहली बार चलाया आप ड्रोन तो हौली हौली सीखने पाया किवें वधिया वधिया शॉट कितों लैने ने तो देखो मैं दस्यो किवें लगे तुम आप बैटरिया सारिया चार्ज करती ड्रोन दियाँ तो हूँ एवं आप ड्रोन लिया करा तो आ ड्रोन डैडी जी ने मंगाया ही वो कहते भी मैं भी ट्रक से लाया करा उ थोड़े ड्रोन शॉट ले लिया करा वधिया वधिया तो चलो फिर खा रोटी तुम मिलने हाँ जी गड्डी ना आप कल चलाई सी तो तुम पता जो सारे बैठने गड्डी बच्चे फिर खिलारा है तो पै ही जाता भी तो गड्डी साफ करने वाली वी पी ओ देखो उत्थे कप पे ने इतने पुलिस मारन वी पी है इतने पेपर पेपर चक्की सारे चंकी तरह मास्क पे ने देखो तो पिछे तो फिर भी ठीक है अगे थोड़ा है वे आ हनांजू की जैकट इतने पई है। चलो फिर जे मैं तुम दिखाया सारा फिर देर लग जानी है तो फिर आप एक कम करने हाँ आ बनी ना गल देखो जी गड्डी हो गई पूरी साफ पोलिश मारती है इधर भी करती है भी सारा समान पाता आप जो भी सू चक्या सारे ककाए कूज ये बेचने तो इधर नंजो वास्ते आप स्ट्रॉबरी भी लैके गए ही उदा स्ट्रॉबरी खाँदा खाँदा इतनी छड़ी भी प्लेट भी उपर लग जाने चलो जी गड्डी का कम अपना हो गया वे तो हौली हौली गड्डी मैं बैठा ही गड्डी स्टार्ट नहीं तो गर्मी भी बहुत हो गई है चलो चलिए उपर आ मैं मम्मी ने चला हूँ नव मैट्रस देख दोपहर के दो बज गए ने तो मम्मी कहती भी बैड उस नवा मैट्रस चाहिए वे तो देख के आना जो वधिया लगा कोई तो लियावे तो चलो फिर चलिए पहली शॉप से आप पहुँच गए इतने देखने किवें दे मैट्रस लगे ने लगे सारे देख लो देखने पे आप जे इतों मिल गए वधिया तो लै लाँगे नहीं तो दो शॉप्स हो रह गई ने मैट्रस दियाँ लग गई उतू भी आप वेख लाँगे फिर तो चलो देखने की है इन्हें को आपां ना किंग साइज बैड तो लैना वे चलो यार शुरू करिए देखना वधिया लगा बहुत कुछ सोफे भी लगे ने इत्थे टेबल भी लगे ने इधर जे तुसीं पूरे आए तो बैड लैने बैड भी लगे ने चलो जी हुण आपां चले आ दूसरी शॉप दे विच इत्थे कोई पसंद नहीं आया आ एक पसंद आया सी आ जिहड़ा ते पर जो आपां इहदे विच इत्थे बहने आ ना थले नूं चल जांदा बंदा बहुत मतलब कि जो बह जाओ बाद च फिर उठण नहीं हुंदा पोला बहुत ज़्यादा ते होर भी सारे एवें ने सारे
ਆਪਾਂ ਇੱਥੇ ਪਹੁੰਚ ਗਏ ਹਾਂ ਅਤੇ ਇਹਨਾਂ ਕੋਲ ਦੇਖਦੇ ਆਪਾਂ ਕੀ ਹੈਗਾ ਵੇ ਅਤੇ ਚਲੋ ਫਿਰ ਉਹ ਕਹਿੰਦੇ ਵੀ ਆਹ ਸਾਰੇ ਲੱਗੇ ਪੈਣੇ ਮੈਟਰ ਤਾਂ ਤੁਸੀਂ ਦੇਖ ਲਓ ਸ਼ੁਰੂ ਕਰਤਾ ਆਪਾਂ ਦੇਖਣਾ ਇੱਥੋਂ ਹੀ ਆਪਾਂ ਟੇਬਲ ਲੈ ਗਏ ਸੀ ਆਪਾਂ ਘਰ ਅਤੇ ਬੈੱਡ ਵੀ ਇੱਥੇ ਲਿੱਤਾ ਆਪਾਂ ਇਹ ਵੀ ਬਹੁਤ ਵਧੀਆ ਸਟੋਰ ਹੈਗਾ ਬਹੁਤ ਸੋਹਣਾ ਅਤੇ ਇੱਥੇ ਹੀ ਆਪਾਂ ਕਿਹਾ ਚਲੋ ਮੈਟਰਸ ਦੇਖਣਾ ਸ਼ਾਇਦ ਮਿਲ ਜਾਏ ਸਾਨੂੰ ਵੀ ਆਪ ਸਾਨੂੰ ਆਹ ਪਸੰਦ ਆਇਆ ਵੇ ਬਹਿ ਕੇ ਦੇਖ ਲਿਆ ਆਪਾਂ ਅਤੇ ਬਹੁਤ ਕੰਫਰਟੇਬਲ ਲੱਗਾ ਮੈਨੂੰ ਵੀ ਅਤੇ ਮੰਮੀ ਨੂੰ ਵੀ ਅਤੇ ਉਵੇਂ ਆਪਾਂ ਇਹਦੀ ਫੋਟੋ ਖਿੱਚ ਲਈ ਅੱਜ ਨਹੀਂ ਆਪਾਂ ਲੈ ਕੇ ਜਾਣਾ ਆਪਾਂ ਮੰਮੀ ਕਹਿੰਦੀ ਮੈਂ ਥੋੜ੍ਹੇ ਨੈੱਟ 'ਤੇ ਵੀ ਦੇਖ ਲਵਾਂਗੀ ਮੈਟਰਸ ਕਿਵੇਂ ਦੇ ਲੱਗੇ ਨੇ ਅਤੇ ਫਿਰ ਦੇਖਣੇ ਆ ਫਿਰ ਆਪਾਂ ਜੇ ਨੈੱਟ 'ਤੇ ਨਹੀਂ ਇੰਨੇ ਵਧੀਆ ਲੱਗੇ ਅਤੇ ਫਿਰ ਆਪਾਂ ਆਹ ਲੈਣ ਆਵਾਂਗੇ ਇੱਕ ਆਪ ਸਾਨੂੰ ਪਸੰਦ ਆ ਗਿਆ ਵੀ ਰਾਤ ਦੇ 8 ਵੱਜ ਗਏ ਨੇ ਆਪਾਂ ਕੰਮ ਤੋਂ ਆਉਂਦੇ ਪਿਆ ਵਾਪਸ ਅਤੇ ਚਲੋ ਫਿਰ ਚੱਲੀਏ ਘਰ 4 ਘੰਟੇ ਕੀਤਾ ਜਾਂ ਆਪਾਂ ਕੰਮ ਅੱਜ ਸਾਨੂੰ ਥੋੜ੍ਹਾ ਘੱਟ ਹੀ ਦਿੱਤੇ ਸੀ ਘੰਟੇ ਚਲੋ ਫਿਰ ਵਲੋਗ ਨੂੰ ਆਪਾਂ ਇੱਥੇ ਕਰਨੇ ਹਾਂ ਐਂਡ ਕੱਲ੍ਹ ਆਪਾਂ ਘਰ ਆ ਗਏ ਰੋਟੀ ਖਾਧੀ ਅਤੇ ਬਸ ਫਿਰ ਸੌ ਗਏ ਸੀ ਅਤੇ ਵਲੋਗ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਨੂੰ ਮਿਲਣੇ ਆਪਾਂ ਫਿਰ ਅਗਲੇ ਵਲੋਗ ਦੇ ਨਾਲ।